ਸਾਈਂ ਉਮਰੇ ਸ਼ਾਹ ਮਹਾਨ ਸ਼ਖਸੀਅਤ ਸਾਡੇ ਵਿਚਕਾਰ ਹੋਣ, ਜੈਕਾਰਾ ਸੱਜਿਆਂ ਸਰਕਾਰਾਂ ਦਾ। ਬਾਬਾ ਜੀ ਭਜਨ ਸ਼ਾਹ ਜਦੋਂ ਸੀਗੇ ਉਹ ਤਾਂ ਹੁਣ ਵੀ ਹੈਗੇ। ਬਾਬਾ ਜੀ ਕਹਿੰਦੇ ਸਾਈਂ ਤੇ ਤੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ। ਮੈਂ ਕੁਦਰਤੀ ਬੇਟਾ ਤੀਜਾ ਰੱਖ ਜਾ। ਮੈਂ ਇੱਕ ਵਾਰੀ ਦੀ ਆਪ ਬੀਤੀ ਦੱਸਦਾ ਤੁਹਾਨੂੰ, ਬਾਬਾ ਜੀ ਬੈਠੇ ਆ। ਮੈਂ ਇੱਕ ਗੱਲ ਜ਼ਰੂਰ ਆਖਾਂਗਾ, ਇਹ ਨਾ ਆਖਿਓ ਵੀ ਦੁਰਗਾ ਰੰਗੀਲਾ ਕਿੰਨੇ ਮਾਣ ਨਾਲ ਗੱਲ ਕਹਿੰਦਾ। ਜੇ ਅਸੀਂ ਤੁਹਾਡੇ ਸਿਰ 'ਤੇ, ਫਕੀਰਾਂ ਦੇ ਸਿਰ 'ਤੇ, ਆਪਣੇ ਸਰੋਤਿਆਂ ਸਿਰ 'ਤੇ ਮਾਣ ਨਹੀਂ ਕਰਾਂਗੇ ਤਾਂ ਹੋਰ ਕਿਹਦੇ ਸਿਰ 'ਤੇ ਕਰਾਂਗੇ। ਜਦੋਂ ਸਾਈਂ ਭਜਨ ਸ਼ਾਹ ਸੀਗੇ ਕੁਦਰਤੀ ਨਾ, ਮੇਰੀ ਇੱਕ ਕੈਸਟ ਆਈ 1993 ਦੇ ਵਿੱਚ, ਜਿਹੜੀ ਕੈਸਟ ਨੂੰ ਸੁਣ ਕੇ ਤੁਸੀਂ ਦੁਰਗੇ ਰੰਗੀਲੇ ਨੂੰ ਬਤੌਰ ਸਿੰਗਰ ਆਪਣੇ ਦਿਲ 'ਚ ਜਗ੍ਹਾ ਦਿੱਤੀ। ਮੈਂ ਕੁਦਰਤੀ ਜਲੰਧਰ ਦੂਰਦਰਸ਼ਨ ਗਿਆ ਇੱਕ ਗਾਣਾ ਕਰਾਉਣ ਵਾਸਤੇ। ਉਹਨਾਂ ਨੇ ਮੇਰੇ ਦੋ ਕਰ ਲਏ, ਮੁਕੱਦਰਾਂ ਦੀ ਗੱਲ ਹੁੰਦੀ ਹੈ। ਜਦੋਂ ਉਹ ਗਾਣਾ, ਮੇਰੇ ਨਾਲ ਵਾਈਫ ਸੀਗੇ, ਅਸੀਂ ਕਾਰ ਦੇ ਵਿੱਚ ਦੋਵੇਂ ਜਣੇ ਸੀ, ਨਾਲ ਡਰਾਈਵਰ ਸੀ ਸਾਡਾ, ਆਉਂਦੇ ਹੋਏ ਸੋਚ ਰਹੇ ਹਾਂ ਅਸੀਂ ਬਾਬਾ ਜੀ। ਮੈਂ ਆਪਣੀ ਵਾਈਫ ਨੂੰ ਆਖਿਆ, ਮੈਂ ਕਿਹਾ ਆਪਾਂ ਇੱਦਾਂ ਕਰੀਏ ਵੀ ਮਡਾਲੀ ਸ਼੍ਰੀ ਮੱਥਾ ਟੇਕ ਕੇ ਚੱਲੀਏ ਬਾਬਾ ਜੀ। ਉਹ ਕਹਿੰਦੀ ਚਲੋ। ਮੈਨੂੰ ਨਹੀਂ ਸੀ ਪਤਾ ਵੀ ਮੇਲਾ ਹੈ, ਕੁਦਰਤੀ ਮੇਲਾ। ਸਾਰੇ ਕਲਾਕਾਰ ਉੱਥੇ ਪਹੁੰਚੇ ਪਏ, ਬਾਈ ਸਰਦੂਲ ਸਿਕੰਦਰ, ਹੋਰ ਕਿੰਨਿਆਂ ਕੁ ਦਾ ਨਾਮ ਲਵਾਂ। ਪਰ ਬਾਬਾ ਜੀ ਬੈਠੇ ਸੀ ਜਿੱਥੇ ਬਾਬਾ ਜੀ ਬੈਠਦੇ ਆ, ਉੱਥੇ ਉਸ ਸੇਜ 'ਤੇ ਬਾਬਾ ਜੀ ਬੈਠੇ। ਹਾਰ ਸ਼ਿੰਗਾਰ ਲਗਾਏ ਵੀ ਫਕੀਰਾਂ ਦੇ, ਕਿਉਂਕਿ ਜੇ ਰੱਬ ਨੂੰ ਖੁਸ਼ ਕਰਨਾ ਨਤਸਾ ਪਾ ਕੇ ਰਹਿਣਾ ਪੈਣਾ। ਫਿਰ ਪਰਮਾਤਮਾ ਕਹਿੰਦਾ, ਮੁੱਲਾਂ ਛੱਡਦੇ ਐਸ ਨਸੀਹਤ ਨੂੰ, ਅਸਾਂ ਅਰਜ਼ ਸੁਣਾ ਕੇ ਜਾਣੀ ਆ, ਤੇਰੇ ਦਰ ਤੋਂ ਖਾਲੀ ਨਹੀਂ ਜਾਣਾ, ਝੋਲੀ ਪਰਵਾ ਕੇ ਜਾਣਾ। ਚੁੰਨੀ ਰੰਗ ਦੇ ਦਲਾਰੀ ਆ ਤੂੰ ਮੇਰੀ, ਇਹ ਉਹ ਚੁੰਨੀ ਨੀ ਟੋਟੇ ਤੇ ਬੈਠਾ ਰੰਗ ਦਾ ਦਲਾਰੀ, ਉਹ ਨੀ, ਇਹ ਚੁੰਨੀ ਦਾ ਜਿਹੜਾ ਤਾਣਾ ਉਹ ਫਕੀਰਾਂ ਦਾ ਬਣਿਆ ਹੋਇਆ। ਮੈਂ ਉਸ ਚੁੰਨੀ ਦੀ ਗੱਲ ਕਰ ਰਹੀ ਹਾਂ। ਚੁੰਨੀ ਰੰਗ ਦੇ ਲਲਾਰੀ ਆ ਤੂੰ ਮੇਰੀ, ਲਲਾਰੀ ਕੌਣ ਹੈ? ਲਲਾਰੀ ਮੇਰੇ ਸਾਹਮਣੇ ਬੈਠੀ, ਸਾਈਂ ਉਮਰੇ ਸ਼ਾਹ। ਚੁੰਨੀ ਰੰਗ ਦੇ ਲਲਾਰੀ ਆ ਤੂੰ ਮੇਰੀ, ਇਹ ਰੰਗ ਤਾਂ ਤੇਰੇ ਘਰ ਦਾ ਹੀ ਹੈ ਬਾਬਾ ਜੀ। ਫਿੱਕਾ ਰੰਗ ਤਾਂ ਮਾਹੀ ਨਾ ਮੰਨਦਾ, ਗੂੜੀ ਨਗਵਾ ਕੇ ਚੱਲ, ਪੱਕਾ ਰੰਗ ਚੜਾ ਦੇ। ਜਦੋਂ ਮੈਂ ਗਿਆ ਨਾ, ਬਾਬਾ ਜੀ ਬੈਠੇ ਸੀ ਸਾਹਮਣੇ ਬਰਾਂਡੇ ਦੇ ਵਿੱਚ, ਅਸੀਂ ਜਾ ਕੇ ਮਲਕ ਦੇ ਕੇ ਬਹਿ ਕੇ, ਮੈਨੂੰ ਬੜਾ ਡਰ ਲੱਗਿਆ। ਮੈਂ ਕਿਹਾ ਪਹਿਲੀ ਵਾਰੀ ਆਏ ਹਾਂ, ਦਰਸ਼ਨ ਵੀ ਪਹਿਲੀ ਵਾਰੀ ਕਰ ਰਹੇ ਹਾਂ, ਪਤਾ ਨਹੀਂ ਕੀ ਸਰਕਾਰਾਂ ਦਾ ਕੀ ਹੁਕਮ ਹੋ ਜਾਣੇ। ਮੇਰੀ ਵਾਈਫ ਕਹਿੰਦੀ, ਤੁਸੀਂ ਡਰੋ ਨਾ, ਹਰ ਇੱਕ ਲੋਕ ਇੱਥੋਂ ਝੋਲੀਆਂ ਭਰ ਕੇ ਜਾਂਦੇ ਆ, ਆ ਸਾਡੇ ਵੀ ਝੋਲੀ ਭਰੇ। ਬਾਬਾ ਜੀ ਨੂੰ ਕਿਸੇ ਨੇ ਕੰਨ ਵਿੱਚ ਜਾ ਕੇ ਦੱਸਿਆ, ਸੇਵਾਦਾਰ ਨੇ, ਕਹਿੰਦੇ ਜੀ ਦੁਰਗਾ ਰੰਗੀਲਾ ਆਇਆ। ਬਾਬਾ ਜੀ ਇੱਕਦਮ ਉੱਠੇ ਬੜੀ ਸਪੀਡ ਨਾਲ, ਮੈਂ ਕੋਲ ਹੋ ਗਿਆ, ਮੈਨੂੰ ਗੱਲ ਵੱਖਰੀ ਪਾਈ, ਮੇਰੀ ਵਾਈਫ ਨੂੰ ਬੁੱਕਲ ਚਲੇ ਆ। ਪਤਾ ਕੀ ਕਹਿੰਦੇ? ਕਹਿੰਦੇ ਦੁਰਗਿਆ, ਕਹਿੰਦੇ ਸੱਜਣਾ, ਜੇ ਤੇਰਾ ਗਾਉਣਾ ਗਾਇਆ ਨਾ ਭਜਨ ਸ਼ਾਹ ਨੇ, ਤਾਂ ਇਹ ਹੈ, ਸੁਣਿਆ ਤੂੰ ਸਾਡੇ ਉਜੜਨ ਦੇ, ਖੁਫੀਆ ਜਸ਼ਨ ਮਨਾਏ ਨੇ। ਏਦਾਂ ਗੱਲ ਬੱਕਣੀ ਪਾ ਲਈ, ਪਤਾ ਨਹੀਂ ਕੌਣ ਗਾ ਰਿਹਾ ਸੀ ਮੇਰੇ ਮੂਹਰੇ, ਸਿੰਗਰ ਭਾਜੀ ਸਰਦੂਲ ਨੇ ਗਾਉਣਾ ਸੀ। ਬਾਬਾ ਜੀ ਕਹਿੰਦੇ, ਸੈਕਟਰੀ ਨੂੰ ਬੁਲਾਇਆ, ਕਹਿੰਦੇ ਉਰੇ ਆ ਜੀ, ਕਹਿੰਦੇ ਪਹਿਲਾਂ ਦੁਰਗਾ ਗਾਊਗਾ। ਮੈਂ ਕਿਹਾ ਬਾਪੂ ਜੀ ਮੈਂ ਤਾਂ ਕੋਈ ਸਾਜੀ ਨਹੀਂ ਲੈ ਕੇ ਆਇਆ ਨਾਲ। ਉਹ ਕਹਿੰਦਾ ਤੈਨੂੰ ਸਾਜੀ ਦੀ ਲੋੜ ਹੀ ਨਹੀਂ ਹੈ। ਕੈਸੀ ਗੱਲ! ਪਰ ਸਰਦੂਲ ਭਾਜੀ ਦੇ ਸਾਜੀਆਂ ਨੇ ਮੇਰੇ ਨਾਲ ਵਜਾਇਆ, ਔਰ ਮੈਨੂੰ ਕਹਿੰਦੇ, ਉਹ ਤੁਸੀਂ ਮੂਵੀ ਵੇਖੀ ਹੋਣੀ ਹੈ, ਆਪ ਬਾਬਾ ਜੀ ਨੇ ਮੂਵੀ ਬਣਾਈ। ਅਤੇ ਜਦੋਂ ਮੈਂ ਉਸ ਕੈਸਟ ਤੋਂ ਬਾਅਦ ਸਾਹ ਲੱਗੇ ਤੁਹਾਡੇ ਚਰਨਾਂ ਦੀ, ਬਾਬਾ ਜੀ ਬੈਠੇ ਹੈ, ਜਦੋਂ ਮੈਂ ਕੈਨੇਡਾ ਅਮੈਰੀਕਾ ਗਿਆ ਨਾ, ਸੱਚੀ ਦੋਸਤੋ ਮੈਨੂੰ ਹੱਥਾਂ ਪਰ ਚੱਕ ਲਿਆ ਸਰ। ਬਾਬਾ ਜੀ ਕਹਿੰਦੇ, ਕਹਿੰਦੇ ਦੁਰਗੇ, ਓਏ ਪੁੱਤਰਾ, ਕਹਿੰਦੇ ਤੂੰ ਬਹੁਤ ਸਿੰਗਰ ਹੈ, ਜਿਹਨੂੰ ਮੈਂ ਦਿਲੋਂ ਸੁਣਿਆ ਉਹੋ ਹੀ ਗਾਣਾ ਗਾ ਦੇ। ਕਹਿੰਦੇ ਸਭ ਤੋਂ ਪਹਿਲਾਂ ਮੇਰੇ ਨਾਲ ਵੀ ਗਾਇਆ ਉਹਨਾਂ ਨੇ, ਤੁਸੀਂ ਮੂਵੀ ਬੜੀ ਐਪਰੀਸ਼ੀਏਟ ਕੀਤੀ ਲੋਕਾਂ ਨੇ ਉਹ ਮੂਵੀ। ਬਾਬਾ ਜੀ ਨਾਲੇ ਆਪ ਬਣਾਉਂਦੇ, ਉਹ ਇੱਕ ਰੇਲਿੰਗ ਜੀ ਲੱਗੀ ਹੋਈ ਸੀ ਉਹਦੇ 'ਤੇ ਬੈਠ ਕੇ,
ਨਾਲੇ ਆਪ ਬਣਾਉਂਦੇ ਤਾਲੇ ਮੇਰੇ ਨਾਲ ਗਾਉਂਦੇ। ਕੀ ਗਾਉਂਦੇ? ਹੋ ਕੱਠਿਆ ਜੀਣ ਦੇ ਵਾਦੇ ਕਰਕੇ ਸਭ ਕੌਲ ਭੁਲਾ ਖੁਸ਼ੀਆਂ ਦੇ ਸੌਦਾਗਰ ਸੀ ਜੋ ਮੇਰੇ ਹਾਸੇ ਖੋ ਕੇ ਰਹਿ ਗਏ ਉਹ ਮਿੱਟੀਆਂ ਦੇ ਨਾਲ ਪੈਰਾਂ ਉੱਤੇ ਬੈਠੋ ਦਿਆ ਵੇ ਸਾਈਆਂ ਸੋਹਣਿਆ ਓਏ ਅਸੀਂ ਮਹਿਲ ਬਣਾਉਂਦੇ ਰਹਿ ਗਏ। ਲੈ ਵੀ ਮਿੱਤਰੋ ਕਰੈਕਟ ਓਦਾਂ ਹੀ ਵਜਾਉਣਾ ਹੈ ਨਹੀਂ ਤਾਂ ਪੈਸੇ ਕੱਟ ਦੂੰਗਾ ਅੱਜ ਜਿਵੇਂ ਕੈਸਟ ਵਿੱਚ ਵੱਜਿਆ। ਮੈਂ 3 ਤੱਕ ਜਾਵਾਂਗਾ ਅਤੇ 4 ਤੋਂ ਤੁਸੀਂ ਸਟਾਰਟ ਕਰਨਾ ਰਨਿੰਗ ਤੋਂ ਲੈ ਕੇ ਰਾਈਟ 1। ਬਾਬਾ ਜੀ ਰੇਲਿੰਗ 'ਤੇ ਬੈਠੇ ਹਾਂ, ਬਹੁਤ ਸਾਰੀ ਮਹਿੰਦੀ ਹੱਥਾਂ ਦਾ ਰੰਗ ਲਾਲ ਅਤੇ ਚਿਹਰੇ ਦਾ ਵੀ ਲਾਲ। ਕੀ ਗਾਉਂਦੇ? 1 2 1 2 3 ਸਟਾਰਟ। ਕਮਲ ਕਿੱਥੇ? ਕਮਲ ਇਹ 500 ਰੁਪਇਆ ਬਾਬਾ ਜੀ ਉਮਰੇ ਸ਼ਾਹ ਜੀ ਆਪਣੇ ਬੱਚੇ ਨੂੰ ਇਹ ਮੇਰੇ ਪਰਸ ਵਿੱਚ ਪਾ ਦਿਓ। ਇਹ ਉਹਨਾਂ ਚਿਰ ਨਾਲ ਰਹੂਗਾ ਜਿੰਨਾ ਚਿਰ ਮੇਰੇ ਦਮ 'ਚ ਦਮ ਰਹੂਗਾ। ਇਹਨੂੰ ਆਮ ਨਹੀਂ ਸਮਝਣਾ, ਇਹ ਖਾਸ ਹੈ। ਸੁਣਿਆ ਤੂੰ ਸਾਡੇ ਜਿਹੜੇ ਨੇ